ਇਹਦੇ ਬਾਰੇ ਸਿਰਫ ਉਹਨਾਂ ਨੂੰ ਹੀ ਪਤਾ ਜਿਹੜੇ ਇੱਥੇ ਰਹਿੰਦੇ ਆ। ਪਰਾਂ ਸ਼ੁਕਰ ਮਨਾਉਂਦੇ ਆ, ਸ਼ੁਕਰ ਮਨਾਉਂਦੇ ਆ ਵੀ ਵਧੀਆ ਸੀ ਇੱਥੇ। ਪਹਾੜੀ ਚੜ੍ਹ ਕੇ ਕੋਲ ਜਾ ਜਾਂਦਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਸੀਂ ਲੈ ਕੇ ਹਾਂ ਹਾਜ਼ਰ ਆਪਦਾ ਕੈਨੇਡਾ ਦਾ ਪਹਿਲਾ ਵਲੌਗ, ਅਤੇ ਇਹਦੇ 'ਚ ਤੁਹਾਨੂੰ ਦਿਖਾਵਾਂਗੇ ਸਾਡੀ ਸਿਟੀ ਬਾਰੇ, ਜਿਹੜੀ ਬੜੀ ਕਸੂਤੀ ਸਿਟੀ ਹੈ। ਮੈਨੂੰ ਕੋਈ ਚੱਕਰ ਨਹੀਂ ਜੀ, ਵੀਡੀਓ ਚੱਲੇ ਭਾਵੇਂ ਨਾ ਚੱਲੇ, ਬਸ ਉਹ ਕੀੜਾ ਜਿਹਾ ਸੀ ਅਤੇ ਜ਼ਿੰਦਗੀ ਇੱਕ ਹੀ ਮੌਕਾ ਦਿੰਦੀ ਕੀੜਾ ਕੱਢਣ ਦਾ, ਅਤੇ ਉਹ ਕੱਢ ਹੀ ਲੈਣਾ ਚਾਹੀਦਾ। ਫਿਰ ਅਸੀਂ ਵੀ ਕੱਢ ਹੀ ਦਿੰਦੇ ਹਾਂ ਅੱਜ। ਜਿਹਦਾ ਨਾਂ ਕੀੜਾ ਕਰੈਨ ਪਰੂਕ, ਇਹਦਾ ਨਾਂ ਸੁਣ ਕੇ ਕੈਨੇਡਾ ਵਾਲੇ ਲੋਕ ਪਤਾ ਕੀ ਕਹਿੰਦੇ, ਹੈਂ ਪਤਾ ਲੱਗ ਜਾਂਦਾ ਕੌਣ ਰਹਿੰਦੇ ਆ। ਬਾਕੀ ਸਭ ਸੈੱਟ ਕੰਮ ਹੈ ਇੱਥੇ, ਕੋਈ ਮਾੜੀ ਨੀ, ਕੋਈ ਜੀ ਨੀ। ਬੰਦਾ ਰਾਤ ਨੂੰ ਇਕੱਲਾ ਤੁਰ ਕੇ ਕੰਮ ਕਰਵਾ ਸਕਦਾ, ਕੰਮ ਵੀ ਵਧੀਆ ਪੂਰਾ ਮਿਲਦਾ। ਜਿਵੇਂ ਬ੍ਰੈਂਪਟਨ ਟੋਰਾਂਟੋ ਵਾਲੀ ਸਾਈਡ ਬੰਦੇ ਰੋ ਰਹੇ ਆ, ਹੈਗਾ ਵੈਨਕੂਵਰ ਸਾਈਡ, ਇੱਧਰ ਸਰੀਵਾਲ, ਇੱਧਰ ਆਪਣੇ ਪੂਰਾ ਕੰਮ ਹੈ। ਅਸੀਂ ਪਹਿਲਾਂ ਬ੍ਰੈਂਪਟਨ ਚੱਲ ਰਿਹਾ ਸੀਗਾ, ਬਸ ਫਿਰ ਪਤਾ ਨਹੀਂ ਕੀ ਹੋਇਆ, ਇੱਥੇ ਤਾਂ ਓਫਰ ਲੈਟਰ ਅਪਲਾਈ ਕਰਤਾ। ਕਿਸਮਤ ਰੱਬ ਹੀ ਧੱਕੇ ਨਹੀਂ ਆ ਗਏ ਜੀ, ਹੁਣ ਹੀ ਲੱਗੇ ਆ ਕੰਮ ਕਰੀ ਜਾਂਦੇ ਆ। ਕੰਮ ਤੋਂ ਆਏ ਆ, ਕੰਮ ਤੇ ਚੱਲੇ ਬਸ ਅੱਧੇ ਘੰਟੇ ਤੱਕ। ਸੱਚੀਆਂ ਹੀ ਕੰਮ ਆ ਯਾਰ, ਕੰਮ ਤੋਂ ਆਇਆ, ਕੰਮ ਤੇ ਚੱਲੇ, ਪਤਾ ਹੀ ਆਉਂਦਾ। ਇਹਦੇ ਬਾਰੇ ਕਿਤੇ ਨਹੀਂ ਪਾਇਆ ਹੋਇਆ ਹੈਗਾ, ਕਿਤੇ ਵੀ ਕੁਛ ਨਹੀਂ ਹੈਗਾ ਵੀ ਕਿਵੇਂ ਆ। ਹੁਣ ਅਸੀਂ ਰਹਿ ਰਹੇ ਹਾਂ ਤਾਂ ਅਸੀਂ ਤੁਹਾਨੂੰ ਦੱਸ ਰਹੇ ਹਾਂ ਵੀ ਐਵੇਂ ਆ, ਵੀ ਵਧੀਆ ਸਿਟੀ ਆ। ਐਵੇਂ ਨਹੀਂ, ਇੱਥੇ ਵੀ ਇੰਜੋਏ ਕਰਨ ਨੂੰ ਯਾਰ ਹੈ ਨਹੀਂ। ਓਕੇ, ਜਸਟ ਸੇ ਹੈਲੋ ਟੂ ਆਲ। ਹੈਲੋ। 7 ਘੰਟਿਆਂ ਦੀ ਸ਼ਿਫਟ ਲਾ ਕੇ ਯਾਰ ਹੁਣੀ ਆ ਰਹੇ ਨੇ ਵਾਪਸ, ਤੇ ਹੁਣ ਤਾਂ ਹਾਲਾ ਹੀ ਹੋਇਆ ਪਿਆ ਕਿ ਭੁੰਜੇ ਹੀ ਪੈ ਜਾਈਏ। ਆ ਵੀ ਇੱਥੇ ਹੀ ਮਿਲੂਗਾ, ਪੁਰਾਣੀ ਇਹ ਪੁਰਾਣੀ ਤੁਹਾਨੂੰ ਅਕਸਰ ਦੇਖਣ ਨੂੰ ਮਿਲੇਗੀ। ਹੁਣ ਤੁਹਾਨੂੰ ਅਸੀਂ ਦਿਖਾਉਂਦੇ ਸਾਡਾ ਕਾਲਜ, ਮੋਟਾ ਮੋਟਾ ਸਾਰਾ ਕਾਲਜ ਤੁਹਾਨੂੰ ਅਗਲੀ ਵੀਡੀਓ 'ਚ ਦਿਖਾਵਾਂਗੇ। ਉੱਧਰ ਆ ਕਾਲਜ ਦੀ ਹਾਊਸਿੰਗ, ਹਾਂ ਉੱਧਰ ਆ, ਉੱਧਰ ਜਾਵਾਂਗੇ ਜਾਵਾਂਗੇ। ਉਹ ਹੱਥ ਸੇਕ ਰਹੇ ਨੇ, ਪੜੀ ਹੈਗੀ ਆ ਸਾਰੀਆਂ ਚਿੜੀਆਂ ਸੋ ਜਾਂਦੀਆਂ, ਜੋ ਚਿੜੀ ਆਉਂਦੀ ਆ ਨਾਲ ਖੜ ਜੇ ਖੜ ਜੇ ਕਰੀ ਠੀਕ ਜੀ। ਬੋਲੋ ਸਾਨੂੰ ਕਿਹੜਾ ਚੂੜੇ ਵਾਲੀ ਡੀਕ ਜੀ, ਇਦੋਂ ਆਉਂਦਾ ਨੀ। ਦੇਖ ਬਾਬੇ ਯਾਰ, ਜ਼ਿੰਦਗੀ ਦੇਖ ਲੈਣ ਕੋ ਦੋ ਟੈਚੀ ਹੋਣੀ ਯਾਰ, ਅਗਰ ਟੈਚੀਆਂ ਨੂੰ ਜਾ ਕੇ ਦੇਸ਼ਾਂ ਪ੍ਰਦੇਸ਼ਾਂ ਚ ਕਰਦੇ ਆ ਬਾਬੇ। ਆਪਣੇ ਕੋਲ ਨਾ ਘਰ ਹੈ ਆਪਣਾ, ਨਾ ਕੋਈ ਹੋਰ ਆ ਗਈ ਹੈ, ਉਹ ਚੱਲ ਆ ਤਾਂ ਹੀ ਆਪਣਾ ਥੋੜੀ ਆ ਯਾਰ, ਕੀ ਪਤਾ ਕਰ ਆਪਾਂ ਨੂੰ ਬੁਲਾਵਾ ਆ ਜਾਵੇ ਤਾਂ ਲੈ ਮੈਂ ਕਹਿੰਦਾ ਨਾ ਕਰੋਲਾ ਵਾਲਾ ਬਣ, ਚਲੋ ਨਿਕਲੋ ਚੱਕੋ ਜੁੱਲੀ ਇਸ ਤਰ੍ਹਾਂ ਦਾ। ਅੱਛਾ ਉਹ ਜਿੰਮ ਲਾ ਰਹੇ ਸੀ ਸਵਾਲ ਹੋ ਗਿਆ ਬਾਬੇ, ਅੱਗੇ ਅਸੀਂ ਤੁਹਾਨੂੰ ਦਿਖਾਵਾਂਗੇ ਕਾਲਜ ਬਾਰੇ ਵੀ ਦੱਸਾਂਗੇ ਤੁਹਾਨੂੰ ਕਿਵੇਂ ਕੀ ਹੈ ਇੱਥੇ, ਕਿਵੇਂ ਦਾ ਕਾਲਜ ਆ, ਕਿਵੇਂ ਦੇ ਟੀਚਰਸ ਨੂੰ, ਕਿਵੇਂ ਦਾ ਸਾਰੀ ਸਿਟੀ, ਸਾਰੀ ਸਿਟੀ ਨੂੰ ਵੀ ਐਕਸਪਲੋਰ ਕਰਾਵਾਂਗੇ, ਨੂੰ ਵੀ ਐਕਸਪਲੋਰ ਕਰਾਂਗੇ। ਤੇ ਕਿਹੜਾ ਤੁਸੀਂ ਇੰਨੀ ਵੀਡੀਓ ਦੇਖੋ, ਜੋ ਵੀ ਚੀਜ਼ਾਂ ਜਿਵੇਂ ਲੇਕਸ ਤੇ ਨੇ, ਲੇਕਸ ਹੋ ਗਿਆ, ਜੋ ਵੀ ਹੈ ਫਾਊਂਟੇਨਸ ਵਗੈਰਾ ਹੋ ਗਏ, ਮਾਊਂਟੇਨਸ ਹੋ ਗਏ, ਕੁਛ ਵੀ ਹੋ ਗਿਆ, ਉਹ ਤੁਹਾਨੂੰ ਸਭ ਦਿਖਾਵਾਂਗੇ। ਸ਼ਾਇਦ ਅੱਜ ਅਸੀਂ ਲੇਕ 'ਤੇ ਜਾਈਏ, ਬਾਕੀ ਤੁਹਾਨੂੰ ਕੰਟੀਨਿਊ ਕਰਾਂਗੇ, ਬਾਕੀ ਤੁਹਾਨੂੰ ਸਾਰਾ ਕੁਛ ਨਾਲ ਦੀ ਨਾਲ ਦੱਸੀ ਜਾਵਾਂਗੇ। ਅਤੇ ਹੁਣ ਤੋਂ ਬਲੌਗ ਆਇਆ ਕਰਨਗੇ ਆਪਣੇ, ਅਤੇ ਆਹ ਸਿਟੀ ਬਾਰੇ ਜਿਨ੍ਹਾਂ ਨੂੰ ਨਹੀਂ ਪਤਾ ਅਸੀਂ ਦੱਸਿਆ ਕਰਾਂਗੇ ਵੀ ਕਿਵੇਂ ਬਣਿਆ ਹੋਇਆ। ਵੀ ਛੋਟੀ ਸਿਟੀ ਦੇ ਵਿੱਚ ਜਾ ਕੇ ਵੀ ਬੱਚੇ ਦੁਖੀ ਹੁੰਦੇ ਨੇ,
नहीं बाबे भी यार गल्ला नहीं तो चलो के बहुत विचार हो गया इडली बहुत है।